हाँ जी जनाब, अस्सलाम वालेकुम सल्लू भाई। अरे जनाब, अज आए ने बिरकिर कारा, एक ना माल्टा का एक शहर है बिरकिर काला बिरकिर कारा, ओदे विच एक इलाका वे लिया, ठीक है जी। ते उत्थे जनाब सल्लू भाई अज लिया का पूरा जिहड़ा सफर करनगे जनाब, अपनी सल्लू पंजाबी फैमिली जिहड़े जिहड़े कोई चंगिया चंगिया चीज़ा लगियां वो विखाणगे, ठीक है जी। ते अज तो सब तो पहले जनाब शुरू कर देने सल्लू भाई, आ चेक करो तुसी, ऐ जनाब पार्क एक, ठीक है। तो मैं अंदर थोड़ा सारा नज़ारा किया तो मैनू तो बड़ा सोहना लगा वे। ਇਹ ਵੇਖੋ ਜੀ, ਇਹ ਪਾਰਕ ਅਤੇ ਇਹ ਜਨਾਬ ਇਹਦੀ ਮੇਨ ਐਂਟਰੈਂਸ ਹੈ। ਇਹ ਚੈੱਕ ਕਰੋ ਕਿਆ ਕਮਾਲ ਜਿਹਾ ਨਾ ਇੱਕ ਸਿਟਿੰਗ ਏਰੀਆ ਟਾਈਪ ਬਣਾਇਆ ਨੇ, ਠੀਕ ਹੈ ਜੀ। ਅਤੇ ਇਹ ਉਸ ਤੋਂ ਬਾਅਦ ਜਨਾਬ ਇਹ ਵੇਖੋ, ਇਹ ਬੱਚਿਆਂ ਦਾ ਪਲੇਇੰਗ ਗਰਾਊਂਡ ਬਣਾਇਆ, ਠੀਕ ਹੈ ਜੀ। ਇਹ ਵੇਖੋ, ਇਹ ਵੇਖੋ ਇੱਥੇ ਪੀਂਘਾਂ ਸ਼ੀਂਘਾਂ ਵੀ ਲੱਗੀਆਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਕੀਸ਼ੀਆਂ ਸ਼ੀਸ਼ੀਆਂ ਵੀ ਲੱਗੀਆਂ ਨੇ, ਠੀਕ ਹੈ ਜੀ। ਅਤੇ ਇਹ ਵੇਖੋ ਜੀ, ਇਹ ਬੱਚਿਆਂ ਦਾ ਪਲੇਇੰਗ ਗਰਾਊਂਡ ਹੋ ਗਿਆ, ਠੀਕ ਹੈ ਜੀ। ਅੱਗੋਂ ਬਾਅਦ 'ਚ ਇਹ ਵੇਖੋ ਇੱਕ ਜਿਹਾ ਨਾ ਬਣਾਇਆ ਹੈ, ਇੱਥੇ ਫੁੱਟਬਾਲ ਵਗੈਰਾ ਕੁਛ ਖੇਡਦੇ ਹੋਣੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਸਾਰਾ ਵੇਖੋ ਜੀ ਪਾਰਕ ਦਾ ਜਿਹਾ ਨਾ ਮੰਜ਼ਰ ਤੁਸੀਂ, ਠੀਕ ਹੈ ਜੀ। ਇਹ ਚੈੱਕ ਕਰੋ ਯਾਰ, ਸਭ ਤੋਂ ਅੱਛੀ ਜਿਹੜੀ ਗੱਲ ਹੈ ਨਾ, ਐਡੀ ਸੋਹਣੀ ਹਵਾ ਚੱਲਦੀ ਹੁੰਦੀ ਹੈ, ਕਿਆ ਮਜ਼ਾ ਆਉਂਦਾ ਜਨਾਬ, ਠੀਕ ਹੈ। ਧੁੱਪ ਵੀ ਹੈ, ਲੇਕਿਨ ਜਦੋਂ ਬੰਦਾ ਪਾਰਕ ਦੇ ਵਿੱਚ ਵੜਦਾ ਜਾਂ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਵੜਦਾ, ਕਿਆ ਮਜ਼ਾ ਆਉਂਦਾ ਜਨਾਬ। ਸੱਲੂ ਭਾਈ ਇਹ ਨਜ਼ਾਰੇ ਲੈ ਰਹੇ ਨੇ ਅਤੇ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਜਨਾਬ ਨਜ਼ਾਰੇ ਵਿਖਾ ਰਹੇ ਨੇ। ਇਹ ਚੈੱਕ ਕਰੋ, ਵੱਡੇ ਵੱਡੇ ਗਮਲੇ ਵੀ ਪਏ ਨੇ, ਠੀਕ ਹੈ ਜੀ। ਇਹ ਉਸ ਤੋਂ ਬਾਅਦ ਇਹ ਚੈੱਕ ਕਰੋ, ਇਹ ਵੇਖੋ ਜੀ ਕਿਆ ਕਮਾਲ ਦਾ ਇੱਕ ਜਿਹਾ ਨਾ ਉਹਨਾਂ ਨੇ ਬਣਾਇਆ ਦਾ, ਠੀਕ ਹੈ। ਪੈਸੇਜ ਜਿਹਾ ਨਾ ਇਹ ਵੇਖੋ ਜੀ, ਠੀਕ ਹੈ ਜੀ। ਇਹ ਸਾਰਾ ਪਾਰਕ ਹੈ ਅਤੇ ਮੈਂ ਕਿਹਾ ਚਲੋ ਆਪਣੀ ਸਾਨੂੰ ਪੰਜਾਬੀ ਫੈਮਿਲੀ ਨੂੰ ਜਨਾਬ ਵਿਖਾਉਂਦੇ ਹਾਂ, ਅੱਗੋਂ ਦੂਸਰੀ ਸਾਈਡ ਵਾਲੀ ਵਿਖਾਉਂਦੇ ਹਾਂ ਤੁਹਾਨੂੰ, ਠੀਕ ਹੈ ਜੀ। ਲਓ ਜੀ, ਉਸ ਤੋਂ ਬਾਅਦ ਇੱਕ ਗਰਾਊਂਡ ਬਣਿਆ ਵੇ ਫੁੱਟਬਾਲ ਦਾ, ਆਈ ਗੈਸ ਫੁੱਟਬਾਲ ਦਾ ਜਾਂ ਵਾਲੀਬਾਲ ਦਾ ਇਹ ਗਰਾਊਂਡ ਬਣਿਆ ਦਾ, ਠੀਕ ਹੈ ਜੀ। ਲੇਕਿਨ ਇਸ ਟਾਈਮ ਇਹ ਵੇਖੋ ਤਾਲਾ ਲੱਗਾ ਹੈ, ਠੀਕ ਹੈ। ਅਤੇ ਕੁਰਸੀਆਂ ਵਗੈਰਾ ਜਿਹਾ ਪਈਆਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਹਾ ਨਾ ਇਹ ਵੇਖੋ, ਇਹ ਟੈਨਿਸ ਵਾਸਤੇ ਵੇ, ਇਹ ਟੈਨਿਸ ਗਰਾਊਂਡ ਬਣਾਇਆ ਨੇ, ਲੇਕਿਨ ਇਹ ਵੀ ਤਾਲਾ ਲੱਗਾ ਦਾ, ਠੀਕ ਹੈ ਜੀ। ਅਤੇ ਇਹ ਵੇਖੋ ਉਸ ਤੋਂ ਬਾਅਦ ਇੱਥੇ ਜਿਹਾ ਨਾ ਬਾਰ ਵਗੈਰਾ ਵੀ ਹੈ, ਠੀਕ ਹੈ ਜੀ। ਵੇਖੋ ਟੈਂਟ ਸ਼ੈਂਟ ਲੱਗੇ ਨੇ, ਲੇਕਿਨ ਇਸ ਟਾਈਮ ਬੰਦ ਹੈ, ਠੀਕ ਹੈ। ਟਾਈਮ ਵੀ ਨਾਲੇ ਤਕਰੀਬਨ 12 ਵਜੇ ਦਾ ਯਾਦ ਹੈ, ਅਤੇ ਜਨਾਬ ਧੁੱਪ ਬੇਹਿਸਾਬ ਪੈਂਦੀ ਹੈ, ਠੀਕ ਹੈ ਜੀ। ਇਹ ਵੇਖੋ ਲਿਖਿਆ ਦਾ, ਇਹ ਵੇਖੋ ਲਿਖਿਆ ਲੀਆ ਬੂਸ਼ੀ ਕਲੱਬ ਹਾਊਸ, ਠੀਕ ਹੈ ਜੀ, ਕੈਫੇ ਬਾਰ, ਠੀਕ ਹੈ ਜੀ। ਅਤੇ ਸੱਲੂ ਸਾਹਿਬ ਭਰੀ ਜਨਾਬ ਇੰਜੋਏ ਕਰ ਰਹੇ ਨੇ, ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਜਨਾਬ ਇੰਜੋਏ ਕਰਾਉਂਦੇ ਨੇ। ਉਮੀਦ ਕਰਨਾ ਵਾ ਸੱਲੂ ਪੰਜਾਬੀ ਫੈਮਿਲੀ ਨੂੰ ਜਨਾਬ ਪਸੰਦ ਆਇਆ ਹੈਗਾ। ਹੁਣ ਦਵੋ ਸੱਲੂ ਪੰਜਾਬੀ ਨੂੰ ਜ਼ਿਆਦਾ ਖੁਸ਼ ਰਹੋ, ਹੱਸਦੇ ਵਾਸਤੇ ਰਹੋ। ਪਾਕਿਸਤਾਨ ਜ਼ਿੰਦਾਬਾਦ।